ਫਾਜ਼ਿਲਕਾ ਦੀ ਮੰਡੀ ਲਾਦੂਕਾ ਦੇ ਚੌਂਕ ਦੇ ਵਿੱਚ ਹੋਏ ਝਗੜੇ ਦੇ ਦੌਰਾਨ ਇੱਕ 20 ਸਾਲਾ ਨੌਜਵਾਨ ਦੀ ਹੋਈ ਮੌਤ। ਫਾਜ਼ਿਲਕਾ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾਈ ਲਾਸ਼, ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈ। ਫਾਜ਼ਿਲਕਾ ਦੀ ਮੰਡੀ ਲਾਦੂਕਾ ਦੇ ਵਿੱਚ ਹੋਏ ਝਗੜੇ ਦੇ ਦੌਰਾਨ ਇੱਕ 20 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ, ਜਿਸ ਦੀ ਲਾਸ਼ ਨੂੰ ਫਾਜ਼ਿਲਕਾ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾਇਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਆਪਣੇ ਘਰੋਂ ਪਿੰਡ ਲੱਖੇ ਕੀ ਉਤਾੜ ਤੋਂ ਮੰਡੀ ਲਾਦੂਕਾ ਸੌਦਾ ਲੈਣ ਦੇ ਲਈ ਗਿਆ ਸੀ ਤਾਂ ਉੱਥੇ ਕੁਝ ਨੌਜਵਾਨਾਂ ਵੱਲੋਂ ਉਸ ਨੂੰ ਘੇਰ ਲਿਆ ਗਿਆ ਅਤੇ ਉਸ ਦੀ ਕਾਪਿਆਂ ਅਤੇ ਡਾਂਗਾਂ ਦੇ ਨਾਲ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਿਆ। ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੋਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਫਰੀਦਕੋਟ ਲਿਜਾਉਂਦੇ ਸਮੇਂ ਰਸਤੇ ਦੇ ਵਿੱਚ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਫਾਜ਼ਿਲਕਾ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਇਆ ਗਿਆ। ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਆਪਣਾ ਮੰਡੀ ਲਾਦੂਕਾ ਉੱਥੇ ਸੌਦਾ ਲੈਣ ਵਾਸਤੇ ਗਏ ਸੀਗੇ ਤੇ ਪਤਾ ਹੀ ਨਹੀਂ ਲੱਗਿਆ ਇਹਨਾਂ ਨੂੰ। ਘਰੇ ਫੋਨ ਕੀਤਾ, ਬਸ ਉੱਥੇ ਕਿਸੇ ਨੂੰ ਨਹੀਂ ਪਤਾ ਲੱਗਿਆ। ਇਹਨਾਂ ਨੂੰ ਪਿੱਛੋਂ ਚੱਕ ਕੇ ਮਾਰਤਾ, ਪਿੱਛੋਂ ਹੀ ਮਾਰਿਆ, ਕਾਪਾ ਕੂਪਾ ਸਿਰ 'ਚ ਮਾਰਿਆ, ਪਤਾ ਨਹੀਂ ਕੀ ਮਾਰਿਆ। ਮੇਰੇ ਵੀਰ ਨੂੰ ਕੋਈ ਹੋਸ਼ ਨਹੀਂ ਸੀ। ਇਕੱਲਾ ਸੀਗਾ ਜੀ ਜਿਹੜਾ? ਹਾਂਜੀ, ਇਕੱਲਾ ਸੀ, ਨਾਲ ਇੱਕ ਮੁੰਡਾ ਸੀਗਾ, ਉਹਨੂੰ ਵੀ ਮਾਰ ਬੜਾ ਮਾਰਿਆ, ਉਹ ਭੱਜ ਗਿਆ ਹੈ। ਮੁੰਡਾ ਕਿਆ ਤੇ ਆਇਆ ਇੱਕ ਮਿੰਟ। ਅੱਛਾ ਜੀ, ਅੱਛਾ ਤੇ ਨਹੀਂ, ਇਹ ਗਿਆ ਕਿੱਥੋਂ ਸੀਗਾ, ਕਿੱਥੋਂ ਦਾ ਰਹਿਣ ਵਾਲਾ ਸੀ, ਕੀ ਨਾਂ ਸੀਗਾ ਜੀ? ਉਤਾੜ ਪਿੰਡ ਤੋਂ ਰਹਿਣ ਵਾਲੇ ਆ ਸੀ, ਲਾਦੂਕਾ ਮੰਡੀ ਗਏ ਸੀਗੇ ਸੌਦਾ ਲੈਣ ਵਾਸਤੇ। ਮਾਮਲਾ ਜ਼ਮੀਨੀ ਵਿਵਾਦ ਦਾ ਹੀ ਸੀਗਾ ਜੀ? ਹਾਂਜੀ, ਠੀਕ ਹੈ। ਕੌਣ ਲੋਕ ਸੀਗੇ ਜਿਨ੍ਹਾਂ ਨੇ ਕੁੱਟਮਾਰ? ਕਿਹੜੇ ਪਿੰਡ ਦੇ ਸੀਗੇ? ਲੱਖੇ ਉਤਾੜ ਦੇ। ਕੀ ਰੋਲਾ ਕੀ ਸੀਗਾ, ਕਿਉਂ ਕੁੱਟਮਾਰ ਹੁੰਦੀ ਸੀਗੀ ਜੀ? ਰੋਲਾ ਕੁਝ ਵੀ ਨਹੀਂ ਸੀਗਾ। ਅੱਛਾ ਜੀ, ਕੋਈ ਜ਼ਮੀਨੀ ਵਿਵਾਦ ਸੀਗਾ ਪਹਿਲਾਂ? ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਅੱਛਾ, ਤੇ ਫਿਰ ਇਹਦੇ ਉੱਤੇ ਕਿਸ ਨਾਲ ਵਾਰ ਕੀਤਾ, ਕਿਸ ਚੀਜ਼ਾਂ ਨਾਲ ਸੀਗਾ? ਦਸਤੇ ਨਾਲ ਤੇ ਕਾਪੀਆਂ ਨਾਲ ਵਾਰ ਕੀਤਾ। ਕਿੰਨੇ ਲੋਕ ਸੀਗੇ ਜੀ ਉਹ? ਚਾਰ ਜਣੇ ਉਹ ਸੀਗੇ ਜਿਨ੍ਹਾਂ ਨਾਮ ਪਤਾ ਹੈ। ਕੱਟੀ। ਅੱਛਾ ਜੀ, ਤੇ ਫਿਰ ਉਦੋਂ ਬਾਅਦ ਕੀ ਹੋਇਆ ਜੀ, ਜਦੋਂ ਕੁੱਟਮਾਰ ਹੋਈ ਤਾਂ ਉਸ ਤੋਂ ਬਾਅਦ ਕੀ? ਬਾਅਦ ਫਿਰ ਚਲੇ ਗਏ ਉਹ। ਭੱਜ ਗਏ ਸੀਗੇ? ਕਿੰਨੇ ਲੋਕ ਸੀਗੇ ਟੋਟਲ? ਚਾਰ ਛੇ ਜਣੇ ਸੀ ਟੋਟਲ। ਅੱਛਾ, ਕੀ ਨਾਂ ਸੀਗਾ ਜਿਹਦੀ ਡੈਥ ਹੋਈ ਹੈ ਜੀ? ਗੁਰਜੀਤ ਸਿੰਘ। ਠੀਕ ਠੀਕ ਹੋਈ ਜੀ ਲੜਾਈ ਹੋਈ ਜ਼ਿਲ੍ਹਾ ਦੁਰਗ ਮੰਡੀ ਚੌਂਕ ਦੇ ਵਿੱਚ ਜੀ। ਗੁਰਮੀਤ ਸਿੰਘ ਮੁੰਡਾ ਹੈ, ਸਾਨੂੰ ਹਰਮਿੰਦਰ ਸਿੰਘ ਵਾਸੀ ਲਿਖ ਕੇ ਕਰਾਈ ਜਾਂਦਾ, ਉਹਦੀ ਡੈਥ ਹੋ ਗਈ ਹੈ ਜੀ। ਡੈਡ ਨੂੰ ਅਸੀਂ ਮੋਰਚੀ ਵਿੱਚ ਫੜਾਤੀ ਹੈ ਅਤੇ ਉਹਨਾਂ ਦਾ ਅਸੀਂ ਬਿਆਨ ਲਿਖ ਕੇ ਨਾ ਵਾਰਸਾਂ ਦੀ ਕਾਰਵਾਈ। ਸਰ, ਕੀ ਮਾਮਲਾ ਕੀ ਹੈ, ਕੀ ਕਿਸ ਕਰਕੇ ਜਿਹੜਾ ਝਗੜਾ ਹੋਇਆ? ਹਾਲੇ ਸਟੇਟਮੈਂਟ ਲਿਖਣੀ ਹੈ ਜੀ ਅਸੀਂ, ਬਤਾਈ ਦੀ ਸਟੇਟਮੈਂਟ ਲਿਖਣ ਤੋਂ ਬਾਅਦ। ਕੋਈ ਮੁੱਢਲੀ ਜਾਣਕਾਰੀ ਆਈ ਹੋਵੇ? ਹਾਲੇ ਫਿਲਹਾਲ ਕੁਛ ਨਹੀਂ ਆਇਆ ਜੀ। ਅੱਛਾ, ਕਿੱਥੇ ਹੋਇਆ ਝਗੜਾ, ਕਿੱਥੇ ਸੀ? ਲਾਦੂਕਾ ਮੰਡੀ ਚੌਂਕ ਦੇ ਵਿੱਚ। ਇਹ ਮਰਡਰ ਹੈ ਜੀ? ਮਰਡਰ ਹੈ ਜੀ, ਮਰਡਰ ਮਾਰਿਆ ਗਿਆ ਜੀ। ਕੋਈ ਜ਼ਮੀਨੀ ਵਿਵਾਦ ਦਾ ਰੋਲਾ ਸੀਗਾ ਜਾਂ ਕਿਸੇ? ਸਟੇਟਮੈਂਟ ਲਿਖ ਦਿਆਂਗੇ ਫਿਰ ਤੁਹਾਨੂੰ ਉਸ ਬਾਰੇ ਦੱਸਾਂਗੇ। ਡੈਡ ਬੋਡੀ ਸਰਕਾਰੀ ਹੈ। ਕੀ ਉਮਰ ਕੀ ਸੀ? ਉਮਰ ਕਰੀਬ 20 ਸਾਲ ਦੇ, ਯੰਗ ਮੁੰਡਾ ਸੀ, 22 ਸਾਲ। ਤੇ ਦੂਜੇ ਧਿਰ ਦੇ ਵੀ ਕੋਈ ਆਏ ਨੇ ਕੋਈ ਸਾਹਮਣੇ? ਕੋਈ ਨਹੀਂ ਆਏ ਜੀ। ਅੱਛਾ, ਝਗੜਾ ਹੋਇਆ ਕਿੱਥੇ ਜੀ? ਲਾਦੂਕਾ ਮੰਡੀ ਚੌਂਕ ਦੇ ਵਿੱਚ। ਇੱਕ ਹੀ ਬੰਦਾ ਸੀਗਾ ਜਿਹੜੇ ਜਿਹਨਾਂ ਡੈਥ ਹੋਈ ਹੈ ਜੀ, ਕਿ ਹੋਰ ਵੀ ਫੱਟੜ ਹੋਏ ਨੇ? 21 ਸੀ, 21 ਦੀ ਡੈਥ ਹੋਈ। ਤੇ ਕੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ? ਸੋ ਉਹਦਾ ਪਰਚਾ ਦੇਗਾ ਜੀ, ਦੋਸ਼ੀ ਲਿਖਵਾ। ਠੀਕ, ਕੋਈ ਨਾਮ ਦੱਸੇ ਗਏ ਨੇ ਜੀ? ਲਿਖ ਲੈ ਜੀ, ਬਿਆਨ ਲਿਖ ਰਹੇ ਹਾਂ। ਲੱਖੇ ਕਤਾੜ ਇਹਨਾਂ ਦਾ ਆਪਸ ਵਿੱਚ ਇੱਕ ਪੁਰਾਣਾ ਜ਼ਮੀਨ ਲਿਆ ਕੇ ਝਗੜਾ ਚੱਲਦਾ ਸੀ, ਇਸ ਸੰਬੰਧੀ ਪਹਿਲਾਂ ਮੁਕੱਦਮਾ ਦਰਜ ਹੈ। ਅੱਜ ਲਾਦੂਕੇ ਪਿੰਡ 'ਚ ਇਹਨਾਂ ਨੇ ਗੁਰਜੀਤ ਸਿੰਘ ਨੂੰ ਕੁੱਟਿਆ, ਜਿਹਦੇ ਕਰਕੇ ਕੁੱਟਣ ਕਰਕੇ ਸੱਟਾ ਲੱਗਣ ਕਰਕੇ ਉਸ ਵਿਅਕਤੀ ਨੂੰ ਹਸਪਤਾਲ ਲਿਆ ਸੀ ਇਲਾਜ ਵਾਸਤੇ, ਜਿਹਦੀ ਇੱਥੇ ਹਸਪਤਾਲ ਲਿਆ ਕਰਕੇ ਫਰੀਦਕੋਟ ਰੈਫਰ ਕੀਤਾ ਸੀ। ਰਸਤੇ 'ਚ ਜਿਹਦੀ ਡੈਥ ਹੋ ਗਈ, ਅਸੀਂ ਇਹਨਾਂ ਦੇ ਵਾਰਸਾਂ ਦੇ ਬਿਆਨ ਲਿਖ ਕੇ 302 ਦਾ ਮੁਕਦਮਾ ਦਰਜ ਕਰਕੇ ਸਾਡੇ ਵੱਲੋਂ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ। ਸਰ, ਵਜ੍ਹਾ ਰੰਜਿਸ਼ ਕੀ ਮੰਨੀ ਜਾ ਸਕਦੀ ਹੈ? ਵਜ੍ਹਾ ਰੰਜਿਸ਼ ਜਿਹੜੀ ਮੁਰਜਮ ਪਾਰਟੀ, ਉਹਨਾਂ ਨੇ ਜਿਹੜੇ ਮਦਰੀ ਜਿਹਨਾਂ ਦਾ ਬੰਦਾ ਮਰਿਆ, ਇਹਨਾਂ ਨੂੰ 5 ਕਿੱਲਾ ਜ਼ਮੀਨ ਵੇਚੀ ਸੀ, ਉਹ ਸਬੰਧ ਕਰਕੇ ਜਿਹੜੀ ਮੁਰਜਮ ਪਾਰਟੀ ਕਹਿੰਦੇ ਸਾਨੂੰ ਪੈਸੇ ਨਹੀਂ ਦਿੱਤੇ। ਉਹ ਕਹਿੰਦੇ ਵੀ ਅਸੀਂ ਪੈਸੇ ਦਿੱਤੇ, ਰਜਿਸਟਰੀ ਕਰਾਈਏ, ਕਾਰਜ ਸਾਡੇ ਕੋਲ ਸਾਰੇ ਕੰਪਲੀਟ ਹੈਗੇ ਆ। ਇਸੇ 5 ਕਿੱਲਾ ਜ਼ਮੀਨ ਨੂੰ ਰੰਜਿਸ਼ ਲੈ ਕੇ ਇਹਨਾਂ ਦੀ ਲੜਾਈ ਹੋਈ ਅਤੇ ਉਸ ਸਬੰਧ 'ਚ ਕਤਲ ਹੋਇਆ। ਸਰ, ਕਤਲ ਕਿੱਥੇ ਹੋਇਆ ਜੀ, ਕਿਹੜੀ ਥਾਂ 'ਤੇ ਹੋਇਆ ਜੀ? ਲੜਾਈ ਲਾਦੂ ਕੋਈ ਸੀ, ਉੱਥੇ ਕਾਫੀ ਸੱਟਾ ਸਨ, ਉਹਨੂੰ ਚੁੱਕੇ ਹਸਪਤਾਲ ਲਾਇਆ ਸੀ, ਹਸਪਤਾਲ ਇੱਥੇ ਇਲਾਜ ਦਾਖਲ ਕਰਾਇਆ। ਜਦੋਂ ਸੱਟਾਂ ਜ਼ਿਆਦੀ ਹੋਣ ਕਰਕੇ ਇੱਥੋਂ ਫਰੀਦਕੋਟ ਰੈਫਰ ਕਰਤਾ, ਰਸਤੇ 'ਚ ਮੌਤ ਹੋ ਗਈ, ਡੈਡ ਬਾਡੀ ਨੂੰ ਫਿਰ ਵਾਪਸ ਹਸਪਤਾਲ ਲਾਏ ਆ। ਸਾਡੇ ਵੱਲੋਂ ਉਹਦੇ ਵਾਰਸਾਂ ਦੇ ਬਿਆਨ ਲਿਖ ਕੇ ਮੁਕਦਮਾ ਦਰਜ ਕਰਕੇ ਜਿਹੜੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਸਰ, ਕਿਸ ਚੀਜ਼ ਨਾਲ ਜਿਹੜਾ ਹਮਲੇ ਕੀਤੇ ਗਏ ਸੀਗੇ, ਕੋਈ ਆਇਆ ਸਾਹਮਣੇ? ਜੋ ਇਹਨਾਂ ਦੇ ਕਹਿਣ ਦੇ ਮੁਤਾਬਕ ਕੋਈ ਡੰਡੇ ਸੀ, ਉਹ ਡੰਡਿਆਂ ਦੇ ਸਿਰ 'ਚ ਮਾਰਿਆ ਗਿਆ, ਕਾਫੀ ਸੱਟਾ। ਸ਼ਹਿਰੇ ਬਾਜ਼ਾਰ ਜਿਹੜਾ ਕਤਲ ਕੀਤਾ ਗਿਆ,
उस मौके से सी मतलब दसन के मुताबिक बाजार चो आया समान लैन आया पिछले इन्हें पिछा किया तो सट्टा मारी किन्ने लोग दस रहे परिवार दस रहे कहने के मुताबिक चार बंदे हैं तो दो अनपछाते हैं बाकी फिर भी असं तफ्तीश करा जो बनती साढ़े वालों कार्रवाई की जा रही कि धारावान के तहत जो मामला दर्ज किया जाए 302 302 ठीक है लादू को मंडी पिंड है सर लादू को मंडी चलड़े हैं।